लिखया सियाए मिले गुरपास, सेवक पाए वणजारिया मित्रा, गुर हर हर नाम प्रगास। तन तन वणज वापारिया, जिन वखर लद्यड़ा हर रास। गुरमुखां दर मुख उजले, से आए मिले हर पास। जन नानक गुर तिन पाया, जिन्ना आप तुठा गुणतास। हर त्यावो सास गिरास, मन प्रीत लगी तिना गुरमुखा। हर नाम जिना रहरास, रहाओ। वाहिगुरु जी का खालसा, वाहिगुरु जी की फतेह। धन धन श्री गुरु रामदास जी के मुखार बिंद तो उच्चारण किते हुए वणजारा सिरलेख थले इस शब्द का आखिरी बंद है, जिस विच महाराज रहाओ की पंक्ति विच फरमाते हैं, हर त्यावो सास गिरास। आखरी अर्थ कोई बहुत औखे नहीं, त्यावो त्यौना करो। गुरबाणी के अंदर आम तौर पर यह नियम सानू मिलता है कि जे उड़े नू अंकड़ होवे ते त्यावो, जे हाहे नू अंकड़ है ते त्यावो। त्यावो फर्स्ट परसन है, त्यावो सैकंड परसन। तो गुरु रामदास सच्चे पातशाह फरमाते ने, प्यारियो जे सचमुच अपने जीवन नू सफल करना है, हर त्यावो सास गिरास। सास ते ससे नू सियारी है, गिरास ते ससे नू सियारी, जिदा मतलब है हर श्वास दे नाल, हर ग्रास दे नाल। जदों मनुख बार बार सांस कढ़दा है तो उन्हूं सांस कहा जाता, जदों अंदर ले जाता उन्हूं ग्रास कहा जाता। जिवें आपां ग्राही मूँह विच पाउंदे उन्हूं ग्रास कहा जाता। तो गुरु पातशाह कहिंदे ने, हर त्यावो सांस गिरास। हे प्यारिओ, हरी नूं त्यौणा करो सांस नाल भी ते ग्रास नाल। हुण कई मनुख इत्थे ही अड़ जांदे ने, जी हर वेले किवें जपीए। पातशाह कहिंदे ने, नहीं, जपण दा ढंग असीं दस दिंदे, जपणा तुसीं है। जे प्रसाद बसें सुख मंदर, तिसे त्याए सदा मन अंदर। ये सारी अष्टपदी दे अंदर जे प्रसाद लगभग 37 वरी आया, जिदी कृपा दे नाल ये सानू सोने महल मिले हैं, जिदी कृपा दे नाल असी सुंदर पदार्थ खांदे हैं, जिदी कृपा दे नाल ये आरोग कंचन देही मिली है। ये एहसास है, जिन्हां नहीं एहसास हुंदा वो कहिंदे रब ने दिता की है, रब ने कीता की है। पर जिन्हां नू गुरु की संगत मिल जाती है, उन्हां नू ये दृढ़ करवाया जाता है कि ये जो कुछ तेरे कोल है ये सब उसकी कृपा। दद्दा दाता एक है, सबको देवन हार। देंदे तोट न आवई, अगणित परे भंडार। नानक चिंता मत करो, चिंता तिस ही है। जल में जन तो पायन, तिना बिरोजी दे। उथे हट न चले, ना को किरस करे। एहो जिया मसालां दे के पातशाह ने समझाया, भाई उस परमात्मा नू याद करो जिस ने तुहानू ये सारियां दातां बख्शियां।
ਪਰ ਮਨੁੱਖ ਦੀ ਇੱਕ ਬੇਸਿਕ ਕਮਜ਼ੋਰੀ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀਂ ਮਰਨ ਵਿਚਾਰਾ। ਦਾਤ ਦਾ ਮਤਲਬ ਹੈ ਜੋ ਪਰਮਾਤਮਾ ਨੇ ਦਿੱਤੀ ਹੋਈ ਹੈ ਉਹ 'ਤੇ ਦਾਤ ਹੋ ਗਈ, ਅਤੇ ਦਾਤਾਰ ਦਾ ਮਤਲਬ ਹੈ ਦਾਤਾ ਦੇਣ ਵਾਲਾ। ਸਾਡੀ ਕਮੀ ਇਹ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀਂ ਮਰਨ ਵਿਚਾਰਾ। ਸਾਨੂੰ ਦਾਤ 'ਤੇ ਬੜੀ ਚੰਗੀ ਲੱਗਦੀ, ਪਰ ਜਿਹੜਾ ਦਾਤਾਰ ਹੈ ਉਸਨੂੰ ਭੁੱਲ ਜਾਂਦੇ। ਸਤਿਗੁਰੂ ਕਹਿੰਦੇ ਨਾ ਬਈ ਉਸਨੂੰ ਭੁੱਲੋ ਨਾ। ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਭ ਲਾਵੋ ਤਸਰਾਮ ਸਨੇਹੀ, ਜਿਹਦੀ ਕਿਰਪਾ ਦੇ ਨਾਲ ਤੁਹਾਨੂੰ ਇਹ ਸੁੰਦਰ ਆਰੋਗ ਕੰਚਨ ਵਰਗੀ ਦੇਹੀ ਮਿਲੀ ਉਹਨੂੰ ਯਾਦ ਕਰੋ, ਸਾਰੀ ਅਸ਼ਪਤੀ ਪੜ੍ਹ ਕੇ ਦੇਖ ਲਓ। ਤੋ ਇਹ ਹੈ ਉਹਦੇ ਨਾਲ ਪ੍ਰੀਤ ਕਰਨ ਦਾ ਤਰੀਕਾ। ਹਰ ਧਿਆਵੋ ਸਾਸ ਗਿਰਾਸ, ਉਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਇਹ ਹੈ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗ ਹਰੀ ਨੂੰ ਧਿਆਨ ਵਿੱਚ ਰੱਖਣਾ, ਯਾਦ ਵਿੱਚ ਰੱਖਣਾ। ਹਰ ਧਿਆਵੋ ਸਾਸ ਗਿਰਾਸ, ਮਨ ਪ੍ਰੀਤ ਲਗੀ ਤਿੰਨਾਂ ਗੁਰਮੁਖਾਂ, ਹਰ ਨਾਮ ਜਿੰਨਾ ਰਹਿ ਰਾਸ ਰਹਾਓ। ਮਨ ਪ੍ਰੀਤ ਲੱਗੀ ਤਿੰਨਾਂ ਗੁਰਮੁਖਾਂ, ਮਨ ਦੇ ਨੰਨੇ ਨੂੰ ਸਿਹਾਰੀ ਹੈ, ਉਹਨਾਂ ਗੁਰਮੁਖਾਂ ਦੇ ਮਨ ਵਿੱਚ ਪ੍ਰੀਤ ਲੱਗੀ, ਪਿਆਰ ਜਾਗ ਪਿਆ। ਕਿਹਨਾਂ ਦੇ? ਜਿੰਨਾਂ ਹਰ ਨਾਮ ਜਿੰਨਾ ਰਾਹ ਰਾਸ। ਰਾਹ ਰਾਸ ਸ਼ਬਦ ਗੁਰਬਾਣੀ ਵਿੱਚ ਕੁਝ ਬਿਰਲੀ ਵਾਰੀ ਆਏ, ਜਿਹਦੇ ਅੱਖਰੀ ਅਰਥ ਨੇ ਰਸਤੇ ਦੀ ਰਾਸ, ਰਸਤੇ ਵਿੱਚ ਕੰਮ ਆਉਣ ਵਾਲੀ ਰਾਸ। ਇਹਨੂੰ ਹੀ ਗੁਰਬਾਣੀ ਵਿੱਚ ਤੋਸਾ ਵੀ ਕਿਹਾ। ਜਦੋਂ ਅਸੀਂ ਕਿਸੇ ਲੰਬੇ ਸਫ਼ਰ 'ਤੇ ਜਾਂਦੇ ਹਾਂ ਅਤੇ ਸਿਆਣੇ ਬੰਦੇ ਕੁਝ ਘਰੋਂ ਐਸੀ ਚੀਜ਼ ਬਣਾ ਕੇ ਨਾਲ ਪੱਲੇ ਬੰਨ ਲੈਂਦੇ ਨੇ, ਭਈ ਜਿੱਥੇ ਭੁੱਖ ਲੱਗੇਗੀ ਲੋੜ ਪਵੇਗੀ ਵਰਤ ਲਵਾਂ, ਉਹਨੂੰ ਤੋਸ਼ਾ ਵੀ ਕਹਿੰਦੇ ਨੇ, ਉਹਨੂੰ ਰਸਤੇ ਦੀ ਰਾਸ ਵੀ ਕਿਹਾ ਮਹਾਰਾਜ ਨੇ। ਤੋ ਇਹ ਹੈ ਸ਼ਬਦ ਦੀ ਰਹਾਓ ਦੀ ਪੰਕਤੀ, ਹਰ ਧਿਆਵੋ ਸਾਸ ਗਿਰਾਸ, ਮਨ ਪ੍ਰੀਤ ਲੱਗੀ ਤਿੰਨਾਂ ਗੁਰਮੁਖਾਂ। ਉਹਨਾਂ ਗੁਰਮੁਖਾਂ, ਉਹਨਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖਾਂ ਦੇ ਮਨ ਵਿੱਚ ਪ੍ਰੀਤ ਪੈਦਾ ਹੋ ਜਾਂਦੀ ਹੈ। ਹਰ ਨਾਮ ਜਿਨ੍ਹਾਂ ਰਹਿ ਰਾਸ, ਜਿਨ੍ਹਾਂ ਦੇ ਕੋਲ ਹਰੀ ਦੇ ਨਾਮ ਦੀ ਰਾਸ ਹੈ, ਪੂੰਜੀ, ਜਿਨ੍ਹਾਂ ਨੇ ਉਸ ਰਸਤੇ ਵਾਸਤੇ ਪ੍ਰਬੰਧ ਕਰ ਲਿਆ। ਹੁਣ ਪ੍ਰਬੰਧ ਉਹ ਹੀ ਕਰੇਗਾ ਜਿਸ ਨੂੰ ਸੋਚ ਹੋਵੇਗੀ, ਸਮਝ ਆਵੇਗੀ। ਪਰ ਸਮਝ ਕਿਹਨਾਂ ਨੂੰ ਆਵੇਗੀ? ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ। ਜਿਨ ਕੋ ਪੂਰਬ ਲਿਖਿਆ, ਪੂਰਬ ਦਾ ਮਤਲਬ ਹੈ ਪਹਿਲੇ ਬੀਤੇ ਸਮੇਂ ਵਿੱਚ, ਪੂਰਬਲੇ ਜਨਮ ਵਿੱਚ, ਕਿਉਂਕਿ ਬਾਣੀ ਵਿੱਚ ਹਰ ਗੱਲ ਸਮਝਾਈ। ਪੂਰਬ ਕਰਮ ਅੰਕੁਰ ਜਾ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਦੇ ਮੱਥੇ ਉੱਤੇ ਪੂਰਬਲੇ ਜਨਮ ਦੇ ਕੀਤੇ ਹੋਏ ਕਰਮਾਂ ਅਨੁਸਾਰ ਲਿਖਿਆ, ਸੇ ਆਏ ਮਿਲੇ ਗੁਰ ਪਾਸ, ਉਹ ਗੁਰੂ ਦੀ ਸੰਗਤ ਵਿੱਚ ਆ ਜਾਂਦਾ। ਜਿਨ ਮਸਤਕ ਤੁਰ ਹਰ ਲਿਖਿਆ, ਜਿਨ੍ਹਾਂ ਦੇ ਮੱਥੇ ਉੱਤੇ ਤੁਰੋਂ ਹਰੀ ਲਿਖੇ, ਉਹ ਫਿਰ ਗੁਰੂ ਦੀ ਸੰਗਤ ਵਿੱਚ ਆ ਜਾਂਦਾ। ਉਹ ਪਰਮੇਸ਼ਵਰ ਦਾ ਨਾਮ ਜਪਣ ਲੱਗ ਪੈਂਦੇ ਨੇ, ਉਹਨਾਂ ਨੂੰ ਪ੍ਰੇਰਨਾ ਸੋਝੀ ਮਿਲ ਜਾਂਦੀ। ਜਿਨ ਕੋ ਪੂਰਬ ਲਿਖਿਆ
ਸੇ ਆਏ ਮਿਲੇ ਗੁਰ ਪਾਸ, ਸੇਵਕ ਭਾਏ ਬਣ ਜਾ ਰਿਹਾ ਮਿੱਤਰਾ, ਗੁਰ ਹਰ ਹਰ ਨਾਮ ਪ੍ਰਗਾਸ। ਪਰ ਇੱਕ ਸ਼ਰਤ ਹੈ, ਸੇਵਕ ਭਾਏ ਬਣ ਜਾ ਰਿਹਾ ਮਿੱਤਰ, ਹੇ ਵਣਜ ਕਰਨ ਆਏ ਜੀਵ। ਹੁਣ ਇਹ ਸਾਡੇ ਸਾਰਿਆਂ ਲਈ ਵੀ ਇਹ ਠੀਕ ਹੈ ਕਿ ਗੱਲ ਇੱਕ ਦੀ ਹੋ ਰਹੀ ਹੈ, ਬਣ ਜਾ ਰਿਹਾ ਮਿੱਤਰਾ, ਪਰ ਪਾਤਸ਼ਾਹ ਫਰਮਾਉਂਦੇ ਨੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਭਾਵ ਅਸੀਂ ਸਾਰੇ ਹੀ ਬਣ ਜਾ ਰਹੇ ਹਾਂ ਅਤੇ ਸਾਨੂੰ ਸਾਰਿਆਂ ਨੂੰ ਹੀ ਗੁਰੂ ਰਾਮਦਾਸ ਜੀ ਕਹਿ ਰਹੇ, ਸੇਵਕ ਭਾਏ ਬਣ ਜਾ ਰਿਹਾ ਮਿੱਤਰਾ, ਹੇ ਵਣਜ ਕਰਨ ਆਏ ਮਿੱਤਰ। ਇਹ ਗੱਲ ਤੇਰੀ ਤਾਂ ਬਣੇਗੀ ਸੇਵਕ ਭਾਏ। ਇਹ ਸੇਵਕ ਭਾਏ ਕੀ ਹੁੰਦਾ? ਸੇਵਕ ਬਣਨ ਦੀ ਬਿਰਤੀ, ਸੇਵਕਾਂ ਵਾਲਾ ਪ੍ਰੇਮ ਅਤੇ ਜਗਿਆਸਾ। ਕਿਉਂਕਿ ਬਾਣੀ 'ਚ ਲਿਖਿਆ ਦਾਸ ਦਾਸ ਤਨ ਬਹਾਏ, ਮਿਟਿਆ ਤਿੰਨਾਂ ਗਾਉਣ। ਦਾਸ ਦਾਸਨ ਦਾ ਮਤਲਬ ਹੈ ਜਿਹੜਾ ਦਾਸਾਂ ਦਾ ਵੀ ਦਾਸ ਹੋ ਜਾਏ, ਜਿਹਦੇ ਅੰਦਰ ਇੰਨੀ ਨਿਮਰਤਾ ਆ ਜਾਏ। ਹੁਣ ਦੇਖੋ ਗੁਰੂ ਕੀ ਸੇਵਾ ਔਖੀ ਤਾਂ ਬੜੀ, ਕਿਉਂਕਿ ਲੋਕਾਂ ਦੇ ਬੋਲ ਕਬੋਲ ਸੁਣਨੇ ਪੈਂਦੇ ਨੇ, ਪਤਾ ਨਹੀਂ ਲੋਕ ਕੀ ਕੁਝ ਕਹਿ ਜਾਂਦੇ ਨੇ। ਕਿਸੇ ਨੇ ਭਾਈ ਲਹਿਣਾ ਜੀ ਨੂੰ ਕੁਛ ਕਿਹਾ, ਕਿਸੇ ਨੇ ਸ਼੍ਰੀ ਅਮਰਦਾਸ ਜੀ ਨੂੰ ਕੁਛ ਕਿਹਾ, ਪਰ ਜਿਨ੍ਹਾਂ ਦੇ ਅੰਦਰ ਸੇਵਕ ਪਾਏ ਸੀ ਉਹਨਾਂ ਨੇ ਪਰਵਾਹ ਨਹੀਂ ਕੀਤੀ, ਉਹਨਾਂ ਨੇ ਕਿਸੇ ਕੀਮਤ 'ਤੇ ਵੀ ਸੇਵਕ ਪਾਏ ਨੂੰ ਛੱਡਿਆ ਨਹੀਂ। ਤਾਂ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਸੇਵਾ 'ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨਾ ਮਸਾਏ, ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ। ਨਾਨਕ ਹਉਂ ਬਲਿਹਾਰੀ ਤਿੰਨ ਕੋ, ਜੇ ਚੱਲੇ ਸਤਿਗੁਰ ਬਹਾਏ। ਜਿਹੜੇ ਗੁਰੂ ਦੇ ਆਸ਼ੇ ਮੁਤਾਬਕ ਚੱਲਦੇ, ਜਿਨ੍ਹਾਂ ਨੇ ਇਹ ਧਾਰਨਾ ਧਾਰ ਲਈ ਅਸੀਂ ਤਾਂ ਸੇਵਕ। ਇਸੇ ਲਈ ਕਿਸੇ ਉਰਦੂ ਦੇ ਵਿਦਵਾਨ ਨੇ ਕਿਹਾ, ਮਿਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ, ਦਾਨਾ ਖਾਕ ਮੇ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਸੇਵਕ ਭਾਏ ਬਣ ਜਾ ਰਿਹਾ ਮਿੱਤਰਾ, ਗੁਰ ਹਰ ਹਰ ਨਾਮ ਪ੍ਰਗਾਸ। ਜਿਹੜੇ ਇਸ ਸੇਵਕ ਭਾਏ ਵਾਲੀ ਬਿਰਤੀ ਧਾਰਨ ਕਰਦੇ ਨੇ, ਗੁਰੂ ਹਰ ਹਰ ਨਾਮ ਪ੍ਰਗਾਸ, ਉਹਨਾਂ ਦੇ ਹਿਰਦੇ ਵਿੱਚ ਹਰੀ ਨਾਮ ਦਾ ਪ੍ਰਗਾਸ ਕਰ ਦਿੰਦਾ, ਚਾਨਣ ਕਰ ਦਿੰਦਾ। ਪੜ੍ਹੋ ਗੁਰੂ ਸਾਹਿਬਾਨ ਦਾ ਜੀਵਨ। ਸੇਵਕ ਤਾਂ ਹੋਰ ਵੀ ਬਹੁਤ ਸਨ, ਸੇਵਕਾਂ ਦੀ ਅਸੀਂ ਗਿਣਤੀ ਨਹੀਂ ਕਰ ਰਹੇ, ਪਰ ਜਿਸ ਨੇ ਸੇਵਕ ਭਾਏ ਨਾਲ ਸੇਵਾ ਕੀਤੀ ਉਹਦੇ ਅੰਦਰ ਪ੍ਰਗਾਸ ਹੋ ਗਏ, ਉਹਦੇ ਅੰਦਰ ਚਾਨਣ ਹੋ ਗਿਆ, ਉਹ ਆਪ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਅਤੇ ਦੂਜਿਆਂ ਨੂੰ ਜਪਣ ਦੀ ਪ੍ਰੇਰਨਾ ਦੇਣ ਲੱਗ ਪਿਆ। ਪਰ ਇਹ ਹੋਇਆ ਕਦੋਂ? ਸੇਵਕ ਭਾਏ ਬਣ ਜਾ ਰਿਹਾ ਮਿੱਤਰਾ, ਗੁਰ ਹਰ ਹਰ ਨਾਮ ਪ੍ਰਗਾਸ। ਗੁਰੂ ਹਰੀ ਦੇ ਨਾਮ ਦਾ ਪ੍ਰਗਾਸ ਕਰ ਦਿੰਦੇ। ਪਰ ਇਹਦੇ ਲਈ ਸਾਨੂੰ ਬੇਨਤੀ ਵੀ ਕਰਨੀ ਚਾਹੀਦੀ, ਸਾਡੇ ਅੰਦਰ ਜਗਿਆਸਾ ਭੁੱਖ ਵੀ ਹੋਣੀ ਚਾਹੀਦੀ। ਉਹ ਬੇਨਤੀ ਕੀ ਹੈ? ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾ ਹਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਪਰ ਹੁਣ ਅਸੀਂ ਤਾਂ ਕਹਿੰਦੇ ਹਾਂ ਸਾਡੀ ਜਗ੍ਹਾ ਅਰਦਾਸ ਕੋਈ ਹੋਰ ਕਰੇ, ਸਾਡੀ ਜਗ੍ਹਾ ਮੰਗ ਕੋਈ ਹੋਰ ਮੰਗੇ, ਮਿਲ ਜਾਏ ਸਾਨੂੰ। ਨਹੀਂ ਨਹੀਂ,
ਗੁਰੂ ਰਾਮਦਾਸ ਜੀ ਕਹਿੰਦੇ ਸੇਵਕ ਭਾਏ ਹੁਣ ਜਾ ਰਿਹਾ ਮਿੱਤਰਾ, ਗੁਰ ਹਰ ਹਰ ਨਾਮ ਪ੍ਰਗਾਸ, ਗੁਰੂ ਅਤੇ ਹਰੀ ਦੇ ਨਾਮ ਦੇ ਪ੍ਰਗਾਸ ਕਰਨ ਲਈ ਅੱਠੇ ਪੈਰ ਬਾਜਮਾਨ। ਪਰ ਜਿਨ੍ਹਾਂ ਦੇ ਅੰਦਰ ਸੇਵਕ ਪਾਏ ਹੋਵੇਗਾ ਉਹ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨਗੇ, ਅਮਲ ਕਰਨ। ਫਿਰ ਪਾਤਸ਼ਾਹ ਕਹਿੰਦੇ ਧੰਨ ਧੰਨ ਵਣਜ ਵਾਪਾਰੀਆ, ਜਿਨ ਵੱਖਰ ਲੱਦਿਆੜਾ ਹਰ ਰਾਸ। ਆਖਿਆ ਉਹਨਾਂ ਵਪਾਰ ਕਰਨ ਵਾਲਿਆਂ ਦੇ, ਉਹਨਾਂ ਗੁਰਮੁਖਾਂ ਦੇ ਸਵਣਜ ਨੂੰ ਧੰਨ ਧੰਨ ਕਿਹਾ ਜਾ, ਉਹਨਾਂ ਵਪਾਰੀਆਂ ਦਾ ਇਹ ਵਪਾਰ ਧੰਨ ਧੰਨ ਕਹਿਣ ਦੇ ਯੋਗ ਹੈ। ਇਸ ਲਈ ਪਾਤਸ਼ਾਹ ਕਹਿੰਦੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਉਣ ਕਾ ਇਹ ਸੁਭਾਉ, ਜਿਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ ਧੰਨ ਵਣਜ ਵਾਪਾਰੀਆ, ਧੰਨ ਧੰਨ, ਇਹ ਠੀਕ ਹੈ ਕਿ ਇੱਥੇ ਧੰਨ ਦੇ ਧੱਦੇ ਨੂੰ ਟਿੱਪੀ ਨਹੀਂ ਹੈ, ਪਰ ਇਹਦਾ ਉਚਾਰਨ ਧੰਨ ਧੰਨ ਧੰਨਤਾ ਯੋਗ ਹੈ। ਉਹਨਾਂ ਗੁਰਮੁਖਾਂ ਦਾ ਵਣਜ, ਉਹਨਾਂ ਦਾ ਵਪਾਰ ਧੰਨ ਧੰਨ ਕਹਿਣ ਦੇ ਯੋਗ, ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਆ ਕੇ ਔਗੁਣਾਂ ਦਾ ਤਿਆਗ ਕੀਤਾ ਹੈ, ਗੁਣਾਂ ਦਾ ਪ੍ਰਕਾਸ਼ ਕੀਤਾ। ਹੋਰ ਇਸ ਤੋਂ ਇਲਾਵਾ ਕੋਈ ਤਰੀਕਾ ਨਹੀਂ। ਭਾਈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰਕੇ ਆਪਣਾ ਆਪ ਗਵਾ ਕੇ ਗੁਰੂ ਦੇ ਹੁਕਮ ਦੀ ਪਾਲਣਾ ਕੀਤੀ, ਸਾਡੇ ਸਾਹਮਣੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਜੀਵਨ ਪ੍ਰਤੱਖ ਤੌਰ 'ਤੇ, ਤਾਂ ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਦੇ ਵਣਜ ਨੂੰ ਅਤੇ ਉਹਨਾਂ ਵਪਾਰੀਆਂ ਨੂੰ ਧੰਨ ਧੰਨ ਕਹਿਣ। ਆਵਣ ਤਾਂ ਅਸੀਂ ਸਾਰੇ ਜਗਤ ਵਿੱਚ ਆਏ, ਪਰ ਸਾਨੂੰ ਕਿੰਨਿਆਂ ਕੁ ਨੂੰ ਪਤਾ ਸਾਡੇ ਨਾਲ ਕੀ ਨਿਭੇਗਾ, ਅਸੀਂ ਕੀ ਸੰਗ੍ਰਹਿ ਕਰਨਾ, ਇਹ ਸਾਨੂੰ ਸਾਰਿਆਂ ਨੂੰ ਭੁੱਲ ਗਿਆ। ਪਰ ਮਹਾਰਾਜ ਕਹਿੰਦੇ ਧੰਨ ਹਨ ਉਹ, ਉਹਨਾਂ ਨੂੰ ਜਨਮ ਦੇਣ ਵਾਲੀ ਵੀ ਧੰਨ ਹੈ, ਜਿਸ ਨੇ ਉਹਨਾਂ ਨੂੰ ਪਰਮੇਸ਼ੁਰ ਦੇ ਨਾਮ ਰੂਪੀ ਵਪਾਰ ਵਿੱਚ ਲਾਇਆ। ਧੰਨ ਧੰਨ ਵਣਜ ਵਾਪਾਰੀ ਆ, ਜਿਨ ਵੱਖਰ ਲੱਦਿਆੜਾ ਹਰ ਰਾਸ, ਜਿਨ੍ਹਾਂ ਨੇ ਵੱਖਰ ਕਹੀਏ ਸੌਦਾ, ਜਿਨ੍ਹਾਂ ਨੇ ਹਰੀ ਨਾਮ ਦਾ ਸੌਦਾ ਲੱਦਣਾ ਕੀਤਾ। ਬਹੁਤੇ ਤਾਂ ਕੂੜ ਹੀ ਲੱਦ ਰਹੇ, ਕਿਉਂਕਿ ਪਾਤਸ਼ਾਹ ਕਹਿੰਦੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਸਾਰਾ ਸੰਸਾਰ ਹੀ ਕੂੜ, ਅਤੇ ਅਸੀਂ ਸਾਰੇ ਕੂੜ ਵਿੱਚ ਹੀ ਲੱਗੇ। ਕੂੜ ਕੂੜੇ ਨਹੀਂ ਲੱਗਾ ਵਿਸਰਿਆ ਕਰਤਾਰ। ਆਖਿਆ ਉਹਨਾਂ ਨੂੰ ਪਰਮੇਸ਼ੁਰ ਚੇਤੇ ਨਹੀਂ ਆ ਸਕਦਾ, ਪਰ ਹਾਂ ਕਿਹਨਾਂ ਨੂੰ ਚੇਤੇ ਆਉਂਦਾ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ। ਧੰਨ ਧੰਨ ਵਣਜ ਵਾਪਾਰੀ ਆ, ਜਿਨ ਵੱਖਰ ਲੱਦਿਆੜਾ ਹਰ ਰਾਸ। ਵੱਖਰ ਕਹਿੰਦੇ ਸੌਦੇ ਨੂੰ, ਲੱਦਿਆੜਾ ਇਹਦੇ ਸਪੈਲਿੰਗ ਵੀ ਧਿਆਨ ਨਾਲ ਵਿਚਾਰਨ ਵਾਲੇ, ਲੱਲਾ ਦੱਦੇ ਨੂੰ ਦਿਸਿਆ ਰੀ, ਐੜਾ ਰਾੜੇ ਨੂੰ ਰਾ ਕਰਨਾ, ਲੱਦੜਾ ਨਹੀਂ ਲੱਦਿਆੜਾ। ਕਹਿੰਦੇ ਉਹ ਵਪਾਰੀ ਵੀ ਧੰਨ ਹਨ, ਉਹਨਾਂ ਦਾ ਵਣਜ ਵੀ ਧੰਨ ਹੈ, ਜਿਨ੍ਹਾਂ ਨੇ ਹਰੀ ਦੇ ਨਾਮ ਦਾ ਸੌਦਾ ਲੱਗਿਆ। ਇਸ ਲਈ ਪਾਤਸ਼ਾਹ ਕਹਿੰਦੇ ਨੇ ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਹੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਏ, ਨਾਨਕ ਬਹੁਰ ਨਾ ਆਵਣ ਜਾਏ। ਭਾਈ ਜਿਹੜੇ ਇੱਕ ਦਾ ਵਪਾਰ ਕਰਨਗੇ ਉਹ ਵੀ ਧੰਨ। ਰੋਜ਼ ਜਪਜੀ ਸਾਹਿਬ ਪੜ੍ਹਦੇ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਬਹਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਫੁਰਮਾਨ।
ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖਿਆ ਗੁਰਮੁਖਾਂ ਧਰਮੁਖ ਉਜਲੇ, ਸੇ ਆਏ ਮਿਲੇ ਹਰ ਪਾਸ। ਤੋ ਉਹਨਾਂ ਗੁਰਮੁਖਾਂ ਦੇ ਮੂੰਹ ਉਜਲੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿੱਚ ਸੁਰਖਰੂ ਹਨ। ਉਜਲਾ ਮੂੰਹ ਕਿਹਨਾਂ ਦਾ ਹੁੰਦਾ? ਜਿਸ ਮੱਥੇ ਉੱਤੇ ਕੋਈ ਕਾਲਖ ਨਾ ਲੱਗੀ ਹੁੰਦੀ। ਤੋ ਜਿਹੜੇ ਪਰਮੇਸ਼ੁਰ ਦਾ ਨਾਮ ਜਪਦੇ ਨੇ ਉਹਨਾਂ ਦੇ ਸਾਰੇ ਔਗੁਣ ਮਿਟ ਜਾਂਦੇ ਨੇ। ਕਿਵੇਂ? ਜਿਵੇਂ ਈਂਧਨ ਕੀ ਤੁਮ ਘੜਾ, ਈਂਧਮ ਕਹੀਏ ਬਾਲਣ, ਕੀ ਤੁਮ ਇਕੱਠਾ ਕਰ ਲਿਆ, ਘਣਾ ਬਹੁਤ ਜ਼ਿਆਦਾ। ਈਂਧਨ ਕੀ ਤੁਮ ਘਣਾ, ਭੋਰੀ ਦਿੱਤਿਅਮ ਭਾ, ਭੋਰੀ ਜਿੰਨੀ ਰਤਾ ਜਿੰਨੀ ਅੱਗ ਲਾਤੀ, ਸਾਰੇ ਪਦਾਰਥ ਸੜ ਕੇ ਸਵਾਹ। ਆਖਿਆ ਇਸੇ ਤਰ੍ਹਾਂ ਜਿਹੜੇ ਗੁਰਮੁਖ ਬਣ ਕੇ ਗੁਰੂ ਦੇ ਕਹੇ ਅਨੁਸਾਰ ਪਰਮਾਤਮਾ ਦਾ ਨਾਮ ਰੂਪੀ ਸੌਦਾ ਲੱਦੇ ਹਨ, ਗੁਰਮੁਖਾਂ ਦਰਮੁਖ ਉਜਲੇ, ਦਰ ਦੇ ਰਾਰੇ ਨੂੰ ਸਿਆਰੀ ਆ, ਉਹਨਾਂ ਦੇ ਦਰਗਾਹ ਵਿੱਚ ਮੂੰਹ ਉਜਲੇ ਹਨ। ਸਿਆਏ ਮਿਲੇ ਹਰ ਪਾਸ, ਉਹ ਫਿਰ ਆ ਕੇ ਗੁਰੂ ਦੀ ਸੰਗਤ ਬਹਿੰਦੇ। ਕਿਉਂਕਿ ਜਿਹੜੇ ਗਲਤ ਭਾਵਨਾ ਵਾਲੇ ਲੋਕ ਨੇ ਉਹ ਗੁਰੂ ਦੀ ਸੰਗਤ 'ਚ ਨਹੀਂ ਬਹਿ ਸਕਦੇ, ਉਹਨਾਂ ਨੂੰ ਗੁਰੂ ਦੀ ਸੰਗਤ ਵਿੱਚ ਬਹਿਣ ਤੋਂ ਡਰ ਲੱਗਦਾ। ਕਿਉਂ? ਉਹਨਾਂ ਦੇ ਅੰਦਰ ਲਭ ਲੋਭ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਆਪਣੇ ਲਈ ਕਹਿੰਦੇ, ਹੇ ਵਾਹਿਗੁਰੂ ਮੇਰੀ ਹਾਲਤ ਕੀ ਹੈ ਮੈਂ ਤੁਹਾਨੂੰ ਦੱਸਾਂ। ਮੇਰੀ ਹਾਲਤ ਇਹ ਹੈ ਕਿ ਏਕ ਸਵਾਨ ਦੁਇ ਸਵਾਨੀ ਨਾਲ, ਪਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ। ਆਖਿਆ ਮੇਰੀ ਹਾਲਤ, ਇਸ ਰਸਤੇ ਮੈਂ ਲੱਗਾ ਹੋਇਆ ਹਾਂ, ਪਰ ਜੇ ਤੁਹਾਡੀ ਕਿਰਪਾ ਹੋ ਜਾਏ, ਗੁਰਮੁਖਾਂ ਦਰ ਮੁਖ ਉਜਲੇ, ਸੇ ਆਏ ਮਿਲੇ ਹਰ ਪਾਸ। ਉਹ ਫਿਰ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ ਅਤੇ ਗੁਰੂ ਕੀ ਸਿੱਖਿਆ ਪ੍ਰੇਰਨਾ ਦੇ ਨਾਲ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਸੇ ਆਏ ਮਿਲੇ ਹਰ ਪਾਸ। ਉਹਨਾਂ ਦਾ ਮਿਲਾਪ ਹਰੀ ਦੇ ਕੋਲ ਚਰਨਾਂ ਵਿੱਚ ਹੋ ਜਾਂਦਾ। ਜਨ ਨਾਨਕ ਗੁਰ ਤਿੰਨ ਪਾਇਆ, ਜਿੰਨਾ ਆਪ ਤੁਠਾ ਗੁਣ ਤਾਸ। ਜਨ ਨਾਨਕ, ਨਾਨਕ ਦਾਸ ਜੀ ਫਰਮਾਉਂਦੇ, ਗੁਰ ਤਿੰਨ ਪਾਇਆ, ਗੁਰੂ ਦਾ ਮਿਲਾਪ ਕਿਹਨਾਂ ਨੂੰ ਹੋਇਆ? ਜਿੰਨਾ ਆਪ ਤੁਠਾ ਗੁਣ ਤਾਸ। ਗੁਣ ਤਾਸ ਦਾ ਉਹਨਾਂ ਦੇ ਗੁਣਾਂ ਦਾ ਖਜ਼ਾਨਾ ਵਾਹਿਗੁਰੂ, ਜਿਹਨਾਂ ਉੱਤੇ ਆਪ ਟੁੱਟ ਪਿਆ। ਹੁਣ ਸਤ ਸੰਗਤ ਉਹ 'ਤੇ ਟੁੱਟਣ ਲਈ ਤਿਆਰ ਹੈ, ਪਰ ਅਸੀਂ ਆਪਣੇ ਆਪ ਨੂੰ ਤਿਆਰ ਨਹੀਂ ਕਰ। ਬੜਾ ਸੁੰਦਰ ਸ਼ਬਦ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਉਮ ਕਿਉ ਹੀ ਉਹ ਮਿਲਣ ਪ੍ਰਭ ਤਾਈ। ਜਦੋਂ ਸੰਗਤ ਵਿੱਚ ਜਾਂਦੇ ਹਾਂ, ਗੁਰਮੁਖਾਂ ਦੀ ਸੰਗਤ ਕਰਦੇ, ਉੱਥੋਂ ਪ੍ਰੇਰਨਾ ਮਿਲਦੀ ਅਤੇ ਉਸ ਪ੍ਰੇਰਨਾ ਨੂੰ ਲੈ ਕੇ ਕੁਝ ਬੰਦੇ ਫਿਰ ਚੰਗੇ ਪਾਸੇ ਤੁਰ ਪੈਂਦੇ, ਕੁਝ ਬੰਦੇ ਜਿਹੜੇ ਨੇ ਉਸੇ ਤਰ੍ਹਾਂ ਹੀ ਚੱਲਦੇ ਰਹਿੰਦੇ। ਤਾਂ ਜਿਹੜੇ ਤੁਰ ਪੈਂਦੇ ਨੇ ਕਹਿੰਦੇ ਨੇ ਉਹ ਬਹੁਤ ਵੱਡੇ ਭਾਗਾਂ ਵਾਲੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਜਨ ਨਾਨਕ ਗੁਰ ਤਿੰਨ ਪਾਇਆ, ਜਿੰਨਾ ਆਪ ਤੁਠਾ ਗੁਣ ਤਾਸ। ਗੁਣ ਤਾਸ ਦਾ ਮਤਲਬ ਗੁਣਾਂ ਦਾ ਖਜ਼ਾਨਾ ਵਾਹਿਗੁਰੂ, ਜਿਹਨਾਂ ਉੱਤੇ ਆਪ ਤੁਠਾ, ਜਿਹਨਾਂ ਉੱਤੇ ਆਪ ਮਿਹਰ ਕੀਤੀ। ਸੱਚਮੁੱਚ ਲੱਗਦਾ ਤਾਂ ਉਹ ਹੀ ਹੈ ਜਿਹਨਾਂ ਉੱਤੇ ਬਖਸ਼ਿਸ਼ ਹੋ ਜਾ। ਤਾਂ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਤ। ਹਰ ਨਾਮੋ ਮੰਤਰ ਦ੍ਰਿੜਾਇੰਦਾ, ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ। ਜਨ ਨਾਨਕ ਗੁਰ ਤਿਨ ਪਾਇਆ, ਜਿਨ੍ਹਾਂ ਆਪ ਤੁਠਾ ਗੁਣਤਾਸ। ਜਿਨ੍ਹਾਂ ਦੇ ਨੰਨੇ ਨੂੰ ਥੋੜ੍ਹਾ ਜਿਹਾ ਪਾਰਾ ਕਰਨਾ, ਜਿੰਨਾ ਨਹੀਂ ਕਹਿਣਾ, ਜਿਨ੍ਹਾਂ ਜਿਨ੍ਹਾਂ ਉੱਤੇ ਉਹ ਆਪ ਪਰਮਾਤਮਾ ਗੁਣਾਂ ਦਾ ਖਜ਼ਾਨਾ ਟੁੱਟ ਪੈਂਦਾ, ਉਹ ਫਿਰ ਇਸ ਪਾਸੇ ਲੱਗ ਪੈਂਦੇ ਨੇ। ਜਿਹੜੇ ਇਸ ਪਾਸੇ ਲੱਗ ਪੈਂਦੇ ਨੇ
ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਜਨ ਨਾਨਕ ਗੁਰ ਤਿੰਨ ਪਾਇਆ, ਜਿਨ੍ਹਾਂ ਆਪ ਤੁਠਾ ਗੁਣ ਦਾਸ। ਤਾਂ ਤੇ ਰਹਾਉ ਦੀ ਪੰਗਤੀ ਵਿੱਚ ਫਿਰ ਦ੍ਰਿੜ ਕਰਾਉਂਦੇ ਨੇ, ਹੇ ਭਾਈ ਹਰ ਧਿਆਵੋ ਸਾਸ ਗਿਰਾਸ, ਹਰ ਵੇਲੇ ਉਸਨੂੰ ਯਾਦ ਕਰੋ। ਕਈ ਵਾਰੀ ਅਸੀਂ ਕਹਿ ਦਿੰਦੇ ਅਸੀਂ ਥੱਕ ਗਏ, ਨਹੀਂ, ਜਿਨ੍ਹਾਂ ਦੇ ਅੰਦਰ ਪ੍ਰੀਤ ਜਾਗ ਪੈਂਦੀ ਹੈ ਉਹ ਫਿਰ ਕਦੇ ਥੱਕਦੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀਆਂ ਕਵਿਤਾਵਾਂ ਦੇ ਅੰਦਰ ਇੱਕ ਕਵਿਤਾ ਲਿਖੀ, ਉਹਦਾ ਨਾਮ ਹੈ ਇੱਛਾ ਬਲ। ਇਹ ਚਸ਼ਮੇ ਦਾ ਨਾਮ ਹੈ। ਭਾਈ ਸਾਹਿਬ ਕਹਿੰਦੇ ਨੇ ਇੱਕ ਦਿਨ ਮੈਂ ਸੈਰ ਕਰਦਾ ਕਰਦਾ ਉਸ ਇੱਛਾ ਬਲ ਚਸ਼ਮੇ ਦੇ ਕਿਨਾਰੇ 'ਤੇ ਜਾ ਕੇ ਬਹਿ। ਸਮਾਂ ਸ਼ਾਮ ਦਾ ਸੀ, ਆਪ ਜੀ ਨੂੰ ਪਤਾ ਹੈ ਜਦੋਂ ਸ਼ਾਮ ਹੁੰਦੀ ਅਤੇ ਜਿਤਨੇ ਪੰਛੀ ਆਦਿਕ ਹੁੰਦੇ ਨੇ ਸਭ ਆਪਣੇ ਆਲ੍ਹਣਿਆਂ ਵਿੱਚ ਤੁਰ ਪੈਂਦੇ, ਜਿਹੜੇ ਸੈਲਾਨੀ ਸੈਰ ਕਰਨ ਵਾਲੇ ਹੁੰਦੇ ਨੇ ਉਹ ਵੀ ਆਪਣੇ ਟਿਕਾਣਿਆਂ 'ਤੇ ਚਲੇ, ਜਿਹੜੇ ਗ੍ਰਸਤੀ ਹੁੰਦੇ ਨੇ ਉਹ ਵੀ ਆਪਣੇ ਆਪਣੇ ਟਿਕਾਣਿਆਂ 'ਤੇ ਚਲੇ। ਪਰ ਅਚੰਭੇ ਦੀ ਗੱਲ ਹੈ ਕਿ ਇੱਛਾ ਬਲ ਉਵੇਂ ਹੀ ਚੱਲ ਰਿਹਾ ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਕਵੀ ਮਨ ਪੁੱਛਦਾ, ਕਿਉਂ ਭਾਈ ਸਾਹਿਬ ਕਿਉਂ ਚਸ਼ਮੇ ਤੂੰ ਕਿਉਂ ਚੱਲ ਰਿਹਾ? ਮੈਂ ਚਾਰੇ ਪਾਸੇ ਨਜ਼ਰ ਮਾਰ ਕੇ ਦੇਖੇ, ਸੰਝ ਹੋਈ ਪਰਛਾਵੇਂ ਢਲ ਗਏ, ਕਿਉਂ ਇੱਛਾ ਬਲ ਤੂੰ ਜਾ ਰਹੀ? ਨੈ ਸਰੋਧ ਕਰ ਰਹੀ ਉਵੇਂ ਹੀ ਅਤੇ ਟੁਰਨੋਂ ਵੀ ਨਹੀਂ ਹਾਰੀ। ਅਕਸ਼ਾ ਸ਼ਾਮ ਹੋ ਗਈ ਪਰਛਾਵੇਂ ਢਲ ਗਏ ਨੇ, ਹੇ ਇੱਛਾ ਬਲ ਤੂੰ ਕਿਉਂ ਚੱਲ ਰਿਹਾ? ਇਸ ਵੇਲੇ ਤਾਂ ਸਾਰੇ ਪਾਸੇ ਸਹਿਮ ਸਵਾਦਲਾ ਛਾ ਰਿਹਾ, ਸਾਰੇ ਕੁਦਰਤ ਟਿਕ ਗਈ, ਸਾਰੀ ਕਾਇਨਾਤ ਆਪਣੀ ਆਪਣੀ ਜਗ੍ਹਾ 'ਤੇ ਜਾ ਟਿਕੀ, ਪੰਛੀ ਆਪਣੇ ਆਲ੍ਹਣਿਆਂ ਵਿੱਚ ਜਾ ਬੈਠੇ ਨੇ, ਜਿਹੜੇ ਸੈਲਾਨੀ ਨੇ ਉਹ ਆਪਣੇ ਟਿਕਾਣਿਆਂ 'ਤੇ ਹੋਟਲਾਂ ਵਿੱਚ ਜਾ ਬੈਠੇ, ਜਿਹੜੇ ਬਾਗਾਂ ਦੇ ਮਾਲੀ ਨੇ ਉਹ ਵੀ ਆਪਣੇ ਘਰਾਂ ਨੂੰ ਤੁਰ ਪਏ। ਸੰਝ ਹੋਈ ਪਰਛਾਵੇਂ ਢਲ ਗਏ, ਕਿਉਂ ਇੱਛਾ ਬਲ ਤੂੰ ਜਾ ਰਹੀ? ਨਹਿ ਸਰੋਧ ਕਰ ਰਹੀ ਉਵੇਂ ਹੀ ਅਤੇ ਟੁਰਨੋਂ ਵੀ ਨਹੀਂ ਹਾਰੀ। ਸੈਲਾਨੀ ਅਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ, ਸਹਿਮ ਸੁਆਦਲਾ ਛਾ ਰਿਹਾ ਸਾਰੇ, ਕੁਦਰਤ ਟਿਕ ਗਈ ਸਾਰੀ। ਅੱਗੋਂ ਚਸ਼ਮੇ ਨੇ ਜਵਾਬ ਦਿੱਤਾ, ਭਾਈ ਸਾਹਿਬ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਘਰ ਆਰਾਮ ਨਹੀਂ ਬਹਿੰਦੇ, ਨੇ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਬਹਿੰਦੇ। ਹੈ ਇੱਕੋ ਲਗਨ ਲੱਗੀ ਲਈ ਜਾਂਦੀ, ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ, ਉਹ ਚਾਲ ਪਏ ਨਿਤ ਰਹਿੰਦੇ। ਜਨ ਨਾਨਕ ਗੁਰ ਤਿੰਨ ਪਾਇਆ, ਜਿੰਨਾ ਆਪ ਤੁਠਾ ਗੁਣ ਦਾਸ। ਲਓ ਸ਼ਬਦ ਦੇ ਅਖੀਰ ਵਿੱਚ ਫਿਰ ਪ੍ਰੇਰਨਾ ਕਰਦੇ ਨੇ, ਹਰ ਧਿਆਵੋ ਸਾਸ ਗਿਰਾਸ, ਮਨ ਪ੍ਰੀਤ ਲੱਗੀ ਤਿੰਨ ਗੁਰਮੁਖਾਂ, ਹਰ ਨਾਮ ਜਿਨ੍ਹਾਂ ਰਹਿ ਰਾਸ। ਆਓ ਅਸੀਂ ਵੀ ਗੁਰੂ ਸੰਗਤ ਵਿੱਚ ਆ ਕੇ ਉਹ ਰਸਤੇ ਦੀ ਰਾਸ ਜਮ੍ਹਾਂ ਕਰੀਏ, ਔਰ ਸਾਡੀ ਵੀ ਪ੍ਰੀਤ ਉਹਦੇ ਚਰਨਾਂ ਨਾਲ ਲੱਗ ਜਾਏ, ਤਾਂ ਜੋ ਸਾਡਾ ਇਹ ਜੀਵਨ ਸਫਲ ਹੋ ਜਾਵੇ।